ਠੀਕ ਹੈ, ਅਮੀਤ ਹੇਰ ਵੀ ਆਏ ਨੇ, ਉਹਨਾਂ ਨਾਲ ਵੀ ਗੱਲਬਾਤ ਕਰ ਲੈਂਦੇ। ਅਮੀਤ ਸਾਹਿਬ, ਸਲੋਗਨ ਜਿਹੜਾ ਉਹ ਦਿੱਤਾ ਗਿਆ ਸੰਸਦ ਚ ਵੀ, ਭਗਵੰਤ ਮਾਨ ਖੁਸ਼ਹਾਲ ਪੰਜਾਬ ਤੇ ਵਧੇਗੀ ਸ਼ਾਨ। ਮੈਂ ਵੀ ਤੁਹਾਡੇ ਨਾਲ ਆ ਕੇ ਜੀ ਸਲੋਗਨ ਦੇਖਿਆ, ਬੜਾ ਅੱਛਾ ਜਿਹੜਾ ਸਲੋਗਨ ਹੈ। ਅਤੇ ਲੋਕ ਸਭਾ ਦੀ ਜਿਹੜੀ ਕੰਪੇਨ ਹੈ, ਅੱਜ ਉਹਦੀ ਜਿਹੜੀ ਸ਼ੁਰੂਆਤ ਹੈ ਜਿਹੜੀ ਹੈ ਉਹ ਹੋਣੀ ਹੈਗੀ, ਅਤੇ ਮਾਨ ਸਾਹਿਬ ਦੇ ਨਾਮ 'ਤੇ ਹੀ ਜਿਹੜੀ ਕੰਪੇਨ ਹੈ ਉਹ ਜਿਹੜੀ ਚਲਾਉਣੀ ਹੈ, ਕਿਉਂਕਿ ਮਾਨ ਸਾਹਿਬ ਦੇ ਨਾਮ 'ਤੇ ਜਿਹੜੀ ਪਹਿਲਾਂ ਪੰਜਾਬ ਦੇ ਵਿੱਚ ਸਰਕਾਰ ਆ ਜਿਹੜੀ ਬਣੀ, ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਪਿਛਲੇ 2 ਸਾਲ ਤੋਂ ਮੈਂ ਸਮਝਦਾ ਜਿੰਨੇ ਵਾਅਦੇ ਪੰਜਾਬ ਦੇ ਲੋਕਾਂ ਦੇ ਨਾਲ ਕੀਤੇ ਸੀ ਉਹਨਾਂ 'ਚੋਂ ਬਹੁਤੇ ਵਾਅਦੇ ਜਿਹੜੇ ਆ ਉਹ ਪੂਰੇ ਜਿਹੜੇ ਆ ਉਹ ਕਰ ਚੁੱਕੀ ਹੈ। ਅਤੇ ਅੱਜ ਸਾਰੇ ਜਿਹੜੇ ਪੰਜਾਬ ਦੇ ਜਿਹੜੇ ਲੋਕ ਨੇ, ਤੁਸੀਂ ਕਿਸੇ ਹਲਕੇ ਚਲੇ ਜਾਓ, ਮਾਝੇ ਚਲੇ ਜਾਓ, ਦੁਆਬੇ ਚਲੇ ਜਾਓ, ਮਾਲਵੇ ਚਲੇ ਜਾਓ, ਆਮ ਆਦਮੀ ਪਾਰਟੀ ਦੇ ਕੰਮਾਂ ਤੋਂ ਖੁਸ਼ ਹੈ। ਆਏ ਦਿਨ ਹੀ ਲੋਕਾਂ ਦੀ ਜੁਆਇਨਿੰਗ ਹੋ ਰਹੀ ਹੈ, ਆਮ ਆਦਮੀ ਪਾਰਟੀ ਦਾ ਕਾਫਲਾ ਵੱਧ ਰਿਹਾ, ਅਤੇ ਸਾਨੂੰ ਪੂਰੀ ਉਮੀਦ ਹੈ ਕਿ ਜੋ 2019 ਦੀ ਲੋਕ ਸਭਾ 'ਚ ਸੰਗਰੂਰ ਦਾ ਰਿਜ਼ਲਟ ਰਿਹਾ ਸੀ, ਮਾਨ ਸਾਹਿਬ ਦਾ ਰਿਜ਼ਲਟ ਰਿਹਾ ਸੀ, ਉਹ ਐਤਕੀ ਪੂਰੇ ਪੰਜਾਬ ਦਾ ਜਿਹੜਾ ਰਿਜ਼ਲਟ ਹੈ। ਦੇਖੋ, ਸੰਗਰੂਰ ਨੂੰ ਆਮ ਆਦਮੀ ਪਾਰਟੀ ਦੀ ਰਾਜਧਾਨੀ ਵੀ ਕਿਹਾ ਜਾਂਦਾ, ਔਰ ਆਮ ਆਦਮੀ ਪਾਰਟੀ ਦੀਆਂ ਬਹੁਤ ਨਜ਼ਰਾਂ ਨੇ, ਕਿਉਂਕਿ ਬਾਈ ਇਲੈਕਸ਼ਨ ਪਹਿਲਾਂ ਹੋਇਆ, ਸਰਕਾਰ ਬਣਨ ਤੋਂ ਬਾਅਦ ਹਾਰ ਹੋਈ, ਸਰਵੇ ਕਰਵਾਏ ਜਾ ਰਹੇ ਸੰਗਰੂਰ 'ਚ, ਸਭ ਤੋਂ ਵੱਡਾ ਚਿਹਰਾ ਕੌਣ ਹੈ, ਕੌਣ ਜਿਤਾ ਸਕਦਾ, ਕਰਮਜੀਤ ਅਨਮੋਲ ਹੋਰਾਂ ਦਾ ਨਾਮ ਸਾਹਮਣੇ ਆਇਆ, ਜਿਹੜੇ ਪਿਛਲੀ ਵਾਰ ਲੜੇ ਸੀ ਉਹਨਾਂ ਦਾ ਨਾਮ ਸਾਹਮਣੇ ਆਇਆ, ਲੇਕਿਨ ਸਰਵੇ 'ਚ ਕਹਿੰਦੇ ਕਿ ਜਿਹੜੀ ਸਭ ਤੋਂ ਜ਼ਿਆਦਾ ਸੀ ਤਕਰੀਬਨ 75% ਲੋਕਾਂ ਨੇ ਤੁਹਾਡੇ 'ਤੇ ਸਹਿਮਤੀ ਜਿਤਾਈ ਹੈ ਕਿ ਮੀਤ ਹੋਰਾਂ ਨੂੰ ਜਿਹੜਾ ਵੈ ਉਹ ਇਲੈਕਸ਼ਨ ਲੜਾਉਣੀ ਚਾਹੀਦੀ। ਇਹ ਸਰਵੇ ਤੁਸੀਂ ਕਰਵਾਇਆ? ਇਹ ਪਾਰਟੀ ਨੇ ਸਰਵੇ ਕਰਵਾਇਆ। ਦੇਖੋ, ਪਤਾ ਨਹੀਂ, ਸਾਡੇ ਸਰਵੇ ਵੀ ਇਹੀ ਹੈ ਜਿਹੜੇ ਅਸੀਂ ਪੁੱਛੀ ਦਾ। ਮੈਨੂੰ ਤਾਂ ਪਾਰਟੀ ਨੇ ਕੋਈ ਦੱਸਿਆ ਨਹੀਂ ਵੀ ਇਸ ਤਰ੍ਹਾਂ ਦਾ ਸਰਵੇ ਹੋਇਆ 75% ਲੋਕਾਂ ਨੇ ਜਿਹੜਾ। ਦੇਖੋ, ਸਾਡੇ ਸਰਵੇ 'ਚ ਵੀ ਇਹੀ ਹੈ ਕਿ ਤੁਸੀਂ ਪਹਿਲੀ ਪਸੰਦ ਹੋ ਜਿਹੜਾ ਅਸੀਂ ਵੀ ਸਰਵੇ ਕਰਵਾਇਆ। ਚਲੋ, ਚੰਗੀ ਗੱਲ ਹੈ, ਮੈਂ ਧੰਨਵਾਦ ਕਰਦਾ ਸੰਗਰੂਰ ਦੇ ਲੋਕਾਂ ਦਾ ਜੇ ਮੈਨੂੰ ਪਸੰਦ ਆ ਜਿਹੜਾ ਉਹ ਕਰਦੇ ਆ। ਬਾਕੀ ਦੇਖੋ, ਫੈਸਲਾ ਕਿ ਕਿਹਨੂੰ ਕਿੱਥੇ ਲੜਾਉਣਾ ਹੈ ਨਾ, ਜਾਂ ਕਿਹਦੀ ਕਿੱਥੇ ਕੰਪੇਨ 'ਤੇ ਡਿਊਟੀ ਲਗਾਉਣੀ ਹੈ ਉਹ ਪਾਰਟੀ ਨੇ ਕਰਨਾ। ਅਸੀਂ ਹਮੇਸ਼ਾ, ਮੈਂ ਜਦੋਂ ਤੋਂ ਪਾਰਟੀ ਬਣੀ ਆ ਉਦੋਂ ਤੋਂ ਜੁੜਿਆ ਹੋਇਆ, ਜਿੱਥੇ ਪਾਰਟੀ ਨੇ ਡਿਊਟੀ ਲਗਾਈ ਹੈ, ਸਟਾਰਟਿੰਗ 'ਚ ਬੂਥਾਂ 'ਤੇ ਵੀ ਲੱਗਦੀ ਰਹੀ ਹੈ, ਮੈਂ ਯੂਥ ਦਾ ਪ੍ਰਧਾਨ ਵੀ ਰਿਹਾ, ਉਸ ਤੋਂ ਬਾਅਦ ਸਟੇਟ ਦੀ ਜਿਹੜੀ ਯੂਥ ਐਗਜੈਕਟਿਵ ਸੀ ਉਹਦਾ ਮੈਂ ਮੈਂਬਰ ਵੀ ਰਿਹਾ, ਅਤੇ 17 ਟਿਕਟ ਦਿੱਤੀ, MLA ਲੜੇ, ਉਸ ਤੋਂ ਬਾਅਦ ਵੀ ਦੁਬਾਰਾ ਮੈਂ ਯੂਥ ਦਾ ਪ੍ਰਧਾਨ ਰਿਹਾ। ਸੋ ਜਿੱਥੇ ਪਾਰਟੀ ਨੇ ਡਿਊਟੀ ਲਾਈ ਹੈ ਉਹ ਨਿਭਾਈ ਹੈ, ਅਤੇ ਹੁਣ ਵੀ ਪਾਰਟੀ ਜਿੱਥੇ ਡਿਊਟੀ ਲਗਾਊਗੀ ਲੋਕ ਸਭਾ ਚੋਣਾਂ 'ਚ ਉੱਥੇ ਇਮਾਨਦਾਰੀ ਨਾਲ ਨਿਭਾਵਾਂਗੇ। ਠੀਕ ਹੈ, ਧੰਨਵਾਦ। ਤਾਂ ਮੀਤ ਹੇਅਰ ਨਿਊਜ਼ 18 ਨਾਲ ਗੱਲਬਾਤ ਕਰ ਰਹੇ ਸੀ, ਕੈਮਰਾਮੈਨ ਜਿੰਦਰ ਦੇ ਨਾਲ ਪੰਕਜ ਭਾਈ, ਨਿਊਜ਼ 18 ਮੋਹਾਲੀ।